ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ ਦੇ ਵਿੱਚ। ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਵੀਡੀਓਜ਼ ਤੁਸੀਂ ਦੇਖ ਰਹੇ ਹੋ ਜੀ ਸਾਡੇ ਚੈਨਲ ਦੇ ਉੱਪਰ। ਇੱਕ ਪੂਰੀ ਪਲੇਲਿਸਟ ਹੈ ਜੀ ਪੰਜਾਬੀ ਮਾਸਟਰ ਕੇਡਰ ਦੇ ਨਾਲ ਸੰਬੰਧਿਤ, ਪੰਜਾਬੀ ਦੇ ਨਿਬੰਧਕਾਰ, ਨਾਟਕਕਾਰ, ਨਾਵਲਕਾਰ ਉਹਨਾਂ ਦੇ ਬਾਰੇ ਲੈਕਚਰ ਸੀਰੀਜ਼ ਦੀਆਂ ਵੀਡੀਓਜ਼ ਅਸੀਂ ਅਪਲੋਡ ਕਰ ਚੁੱਕੇ ਹਾਂ ਜੀ। ਇਹ ਤੋਂ ਇਲਾਵਾ ਸ਼ਬਦਕੋਸ਼, ਵਾਚਣ ਵਿਧੀ, ਪੰਜਾਬੀ ਸਾਹਿਤ ਦੇ ਰੂਪ, ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਵੀਡੀਓਜ਼ ਹੈਗੀਆਂ ਜੀ। 6000 MCQ ਦੀ ਸੀਰੀਜ਼ ਦੀਆਂ ਵੀਡੀਓਜ਼ ਵੀ ਹੈ ਜੀ, ਜਿਹਦੇ ਵਿੱਚ 94 ਅਸੀਂ ਕੁਐਸਚਨ ਜਿਹੜੇ ਆ ਉਹ ਦਿੱਤੇ ਹੋਏ ਆ ਜੀ। ਉਹਦੇ ਵਿੱਚ ਲਗਭਗ ਸਾਰੇ ਟੌਪਿਕ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਵੀ ਇਸੇ ਤਰ੍ਹਾਂ ਸਾਡਾ ਚੱਲਦਾ ਰਹੇਗਾ ਜੀ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ, ਔਰ SST ਦਾ ਵੀ ਜਲਦੀ ਹੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਜੇ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਔਰ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਸਾਡੀ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਵਟਸਐਪ ਦਾ ਸਾਡਾ ਨੰਬਰ ਹੈ ਜੀ 8264436201। ਇਸ ਨੰਬਰ ਦੇ ਰਾਹੀਂ ਤੁਸੀਂ PDF ਲੈ ਸਕਦੇ ਹੋ ਜੀ ਜਿੰਨੇ ਵੀ ਸਾਡੇ ਲੈਕਚਰ ਹੁਣ ਤੱਕ ਹੋਏ ਆ ਜਾਂ ਕੁਐਸਚਨ ਸੀਰੀਜ਼ ਹੈਗੀ ਹੈ ਜੀ, ਉਹਨਾਂ ਸਾਰਿਆਂ ਦੇ PDF ਤੁਸੀਂ ਇਸ ਨੰਬਰ ਦੇ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ। ਪਲੀਜ਼ ਕੋਈ ਵੀ ਇਸ ਨੰਬਰ ਦੇ ਉੱਪਰ ਕਾਲ ਨਾ ਕਰਨਾ, ਇਹ ਨੰਬਰ ਸਿਰਫ ਵਟਸਐਪ ਦੇ ਲਈ ਹੀ ਅਵੇਲੇਬਲ ਰਹੇਗਾ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਅੱਜ ਜਿਹੜਾ ਸਾਡੇ ਹੋਣਗੇ ਉਹ ਇਕਾਂਗੀਕਾਰ ਕਪੂਰ ਸਿੰਘ ਘੁੰਮਣ। ਕਪੂਰ ਸਿੰਘ ਘੁੰਮਣ ਪੰਜਾਬੀ ਦੇ ਨਾਟਕਕਾਰ ਔਰ ਇਕਾਂਗੀਕਾਰ ਹੈ ਜੀ। ਸਿਲੇਬਸ ਦੇ ਵਿੱਚ ਆਪਾਂ ਇਹਨਾਂ ਨੂੰ ਇਕਾਂਗੀਕਾਰ ਦੇ ਤੌਰ ਤੇ ਹੀ ਪੜਾਂਗੇ। ਕਪੂਰ ਸਿੰਘ ਘੁੰਮਣ ਪੰਜਾਬੀ ਦਾ ਪ੍ਰਯੋਗਵਾਦੀ ਨਾਟਕਕਾਰ ਇਹਨੂੰ ਕਿਹਾ ਗਿਆ ਜੀ। ਜਿੱਦਾਂ ਬਲਵੰਤ ਗਾਰਗੀ ਦੇ ਬਾਰੇ ਜਦੋਂ ਅਸੀਂ ਗੱਲ ਕੀਤੀ ਸੀ ਤਾਂ ਉਹਨਾਂ ਨੂੰ ਪ੍ਰਗਤੀਸ਼ੀਲ ਨਾਟਕਕਾਰ ਕਿਹਾ ਸੀ, ਪਰ ਕਪੂਰ ਸਿੰਘ ਘੁੰਮਣ ਜੋ ਹੈ ਉਹਨੂੰ ਪ੍ਰਯੋਗਵਾਦੀ ਨਾਟਕਕਾਰ ਕਿਹਾ ਗਿਆ ਹੈ। ਪੰਜਾਬੀ ਨਾਟਕ ਉਹਨਾਂ ਦਾ ਸੀਗਾ ਜੀ ਪਾਗਲ ਲੋਕ, ਜਿਹਦੇ ਲਈ 1984 ਦੇ ਵਿੱਚ ਸਾਹਿਤ ਅਕਾਦਮੀ ਦਾ ਨਾਮ ਮਿਲਿਆ ਸੀਗਾ ਕਪੂਰ ਸਿੰਘ ਘੁੰਮਣ ਹੋਰਾਂ ਨੂੰ। ਪੰਜਾਬੀ ਸਾਹਿਤ ਦੇ ਵਿੱਚ ਪ੍ਰਯੋਗਵਾਦੀ ਨਾਟਕਕਾਰ ਅਸੀਂ ਗੱਲ ਕਰ ਲਈ ਜੀ। ਜੀਵਨ ਦੀ ਗੱਲ ਕਰੀਏ, ਕਪੂਰ ਸਿੰਘ ਘੁੰਮਣ ਦਾ ਜਨਮ ਹੋਇਆ ਜੀ 2 ਫਰਵਰੀ 1927 ਨੂੰ। ਉਹਨਾਂ ਦੇ ਫਾਦਰ ਦਾ ਨਾਮ ਸੀ ਬੁੱਢਾ ਸਿੰਘ ਔਰ ਮਾਤਾ ਦਾ ਨਾਮ ਸੀ ਹਰਨਾਮ ਕੌਰ। ਕਪੂਰ ਸਿੰਘ ਘੁੰਮਣ ਦਾ ਪਿੰਡ ਦੁਲੇਰੀਕੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਹੋਇਆ ਜੀ ਉਹਨਾਂ ਦਾ ਜਨਮ, ਔਰ ਵਿਆਹ ਜਿਹੜਾ ਉਹਨਾਂ ਦਾ ਹੋਇਆ ਸੀ ਉਹ ਮਨਜੀਤ ਕੌਰ ਦੇ ਨਾਲ, 4 ਉਹਨਾਂ ਦੇ ਬੱਚੇ ਸੀਗੇ। ਘੁੰਮਣ ਨੇ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਵਿੱਚ ਵੀ ਕੰਮ ਕੀਤਾ ਔਰ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟੈਕਸਟ ਬੁੱਕ ਬੋਰਡ ਉਹਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਮੌਤ ਜਿਹੜੀ ਹੈ ਜੀ ਉਹਨਾਂ ਦੀ ਹੋਈ 16 ਨਵੰਬਰ 1985 ਨੂੰ। ਰਚਨਾਵਾਂ ਦੀ ਗੱਲ ਕਰਦੇ ਹਾਂ ਜੀ, ਥੋੜ੍ਹਾ ਡਿਟੇਲ ਦੇ ਵਿੱਚ ਅਸੀਂ ਜਾਵਾਂਗੇ। ਜਿੰਨੇ ਵੀ ਸਾਡੇ ਹੁੰਦੇ ਆ ਸਾਹਿਤਕਾਰ, ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਹੈਗੀਆਂ, ਕਿਉਂਕਿ ਜਿੰਨੇ ਵੀ ਪ੍ਰਸ਼ਨ ਆਉਣਗੇ ਪੇਪਰ ਦੇ ਵਿੱਚ ਉਹ ਜ਼ਿਆਦਾਤਰ ਰਚਨਾਵਾਂ ਨਾਲ ਹੀ ਸੰਬੰਧਿਤ ਪ੍ਰਸ਼ਨ ਹੁੰਦੇ ਆ, ਇਸ ਲਈ ਇਹਨੂੰ ਅਸੀਂ ਥੋੜ੍ਹਾ ਡਿਟੇਲ ਦੇ ਵਿੱਚ ਕਰਦੇ ਹਾਂ। ਕਪੂਰ ਸਿੰਘ ਘੁੰਮਣ ਦੀ ਜਿਹੜੀ ਨਾਟਕ ਦੀ ਰਚਨਾ ਉਹਨੇ ਪਰੰਪਰਾਗਤ ਢੰਗ ਦੇ ਨਾਲ ਸ਼ੁਰੂ ਕੀਤੀ, ਟ੍ਰੈਡੀਸ਼ਨਲ ਵੇ ਦੇ ਨਾਲ ਜਿੱਦਾਂ ਪਹਿਲਾਂ ਨਾਟਕ ਲਿਖਿਆ ਜਾ ਰਿਹਾ ਸੀ, ਪਰ ਹੌਲੀ ਹੌਲੀ ਕੀ ਹੋਇਆ ਆਪਣੀ ਸੂਝ ਔਰ ਅੰਤਰਦ੍ਰਿਸ਼ਟੀ ਦੇ ਨਾਲ ਉਹਨੇ ਵਿਸ਼ੇ, ਕਲਾ ਰੂਪ ਔਰ ਮੰਚ ਦੇ ਪੱਖੋਂ ਨਵੀਆਂ ਸੀਮਾਵਾਂ ਮਤਲਬ ਔਰ ਦਿਸ਼ਾਵਾਂ ਵੱਲ ਵਧਣ ਲੱਗਿਆ। ਨਿਊ ਡਾਇਰੈਕਸ਼ਨਸ ਔਰ ਜਿਹੜੀਆਂ ਨਵੇਂ ਉਹਨਾਂ ਦੇ ਹੱਦਾਂ ਸੀਗੀਆਂ ਉਹਨਾਂ ਨੂੰ ਉਹਨੇ ਪਾਰ ਕੀਤਾ, ਹੌਲੀ ਹੌਲੀ ਚੇਂਜ ਆਉਣਾ ਸ਼ੁਰੂ ਹੋ ਗਿਆ। ਘੁੰਮਣ ਦੇ ਜਿਹੜਾ ਨਾਟਕ ਰਚਨਾ ਦਾ ਆਰੰਭ ਤਾਂ ਭਾਵੇਂ ਸਮਾਜਿਕ ਵਿਸ਼ਿਆਂ ਦੇ ਨਾਲ ਹੋਇਆ, ਪਰ ਛੇਤੀ ਹੀ ਉਹ ਮਨੋਵਿਗਿਆਨਕ ਵਿਸ਼ਿਆਂ ਦੇ ਵੱਲ ਨੂੰ ਅਗਰਸਰ ਹੋ ਗਿਆ, ਉਹਦੀ ਰੁਚੀ ਜਿਹੜੀ ਹੈ ਮਨੋਵਿਗਿਆਨਕ ਵਿਸ਼ਿਆਂ ਦੇ ਵਿੱਚ ਵਧਣੀ ਸ਼ੁਰੂ ਹੋ ਗਈ। ਉਹਦਾ ਪਹਿਲਾ ਜਿਹੜਾ ਪੂਰਾ ਨਾਟਕ ਹੈ ਜੀ ਉਹ ਹੈ ਜਿਉਂਦੀ ਲਾਸ਼। ਇਹ ਸੁਤੰਤਰਤਾ ਸਮੇਂ ਹੋਈ ਦੇਸ਼ ਵੰਡ ਦੇ ਜਿਹੜਾ ਹੋਈ ਸੀ ਭਾਰਤ ਔਰ ਪਾਕਿਸਤਾਨ ਦੀ ਵੰਡ, ਉਹਦੇ ਵਿੱਚ ਜਿਹੜਾ ਕਤਲੇਆਮ ਹੈ ਉਹਦੀ ਚਾਕੀ ਸੀਗਾ, ਔਰ ਇੱਕ ਔਰਤ ਦੀ ਕਹਾਣੀ ਹੈ ਜਿਹਨੂੰ ਭਾਰਤ ਪਾਕ ਵੰਡ ਦਾ ਉਹ ਦਰਦ ਜਿਹੜਾ ਸਭ ਤੋਂ ਜ਼ਿਆਦਾ ਹੰਡਾਉਂਦੀ ਹੈ, ਔਰ ਹੌਲੀ ਹੌਲੀ ਜਿਹੜੀ ਇੱਕ ਜਿਉਂਦੀ ਲਾਸ਼ ਬਣ ਜਾਂਦੀ ਹੈ, ਉਹਦੀ ਅਜ਼ਮਤ ਦੇ ਨਾਲ ਜਿਹੜਾ ਖਿਲਵਾੜ ਕੀਤਾ ਜਾਂਦਾ, ਇਹ ਜਿਹੜਾ ਇਸ ਨਾਟਕ ਦਾ ਵਿਸ਼ਾ ਰਿਹਾ ਹੈ। ਪੰਜਾਬੀ ਜੋ ਮਾਸਟਰ ਕੈਡਰ ਦਾ ਸਿਲੇਬਸ ਹੈ ਜੀ ਉਹਦੇ ਵਿੱਚ ਇਹਨੂੰ ਇਕਾਂਗੀਕਾਰ ਦੇ ਤੌਰ 'ਤੇ ਲਿਆ ਗਿਆ, ਇਕਾਂਗੀਆਂ ਦੀ ਗੱਲ ਹੋਈ ਹੈ, ਪਰ ਜਿਹੜਾ ਉਹਨਾਂ ਦਾ ਅਸੀਂ ਉਹਨਾਂ ਨੂੰ ਪੂਰੇ ਰੂਪ ਦੇ ਵਿੱਚ ਪੜ੍ਹਾਂਗੇ ਜੀ ਸਾਰਾ, ਉਹਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਕਿਸੇ ਰਾਈਟਰ ਦੀ ਵਿਚਾਰਧਾਰਾ ਨੂੰ ਉਹਦੇ ਲਿਖਣ ਦੇ ਸਟਾਈਲ ਨੂੰ ਸਮਝ ਜਾਂਦੇ ਹਾਂ, ਫਿਰ ਉਹਦੇ ਨਾਲ ਸੰਬੰਧਿਤ ਚਾਹੇ ਕਿਤੋਂ ਵੀ ਪ੍ਰਸ਼ਨ ਆਵੇ ਸਾਨੂੰ ਉਹਦੀ ਸੋਚ ਦਾ, ਉਹਦੇ ਸਟਾਈਲ ਦਾ, ਉਹਦੀ ਸ਼ੈਲੀ ਦਾ ਪਤਾ ਹੁੰਦਾ। ਇਸ ਦੇ ਲਈ ਅਸੀਂ ਸਾਰਾ ਇਹਨੂੰ ਸੰਪੂਰਨ ਰੂਪ ਦੇ ਵਿੱਚ ਪੜ੍ਹ ਰਹੇ ਹਾਂ।
कपूर सिंह घूमन जो है जी ईश्वर चंद्र नंदा नूं अपना कला गुरु मंदा और उस तो प्रेरित रहा। यथार्थ का जिहड़ा स्थूल और बाहरी संकल्प है जदों यथार्थवाद दी शुरू करदा, हुण असल जिहड़ा यथार्थवाद है वह समस्या नूं बाहरों देखदा। जदों कोई जिद्दां दलित समाज दे नाल संबंधित समस्यावां दी गल करदा सीगा या जो गार्गी दे हैगे आ नाटक या नंदा दीआं समाजिक जिहड़ियां बुराईआं हैगीआं उहनां दे उपर हैगे, चरणदास सिद्धू ने जो दलित समाज दीआं समस्यावां दी गल कीती है उस समस्या का बाहरी रूप है, पर उन्हां समस्यावां दा जिहड़ा असर है किसी पात्र दे मनोविज्ञानिक तौर पर उस उपर किस ढंग नाल हुंदा, मन दी उहदी जिहड़ी हालात है वह किस ढंग दे नाल हुंदी है, वह चीज़ां जिहड़ियां दिखाणियां शुरू कीतियां अपने नाटक और एकांगियां दे विच कपूर सिंह घूमण ने। कपूर सिंह घूमण जिहड़ा है शुरुआत तो जिहड़ा स्थूल और बाहरी संकल्प दे नाल करदा पर उहनूं एंड दे विच त्याग के फिर वह किधर नूं हो जाता मनोविज्ञानिक विषयां दे वल नूं हो जाता, पात्रां दे उपर उहनां दी मनोदशा दे उपर उहदे एकांगी जिहड़े आ उह केंद्रित होना शुरू हो जाते हैं। पुतली नाट किते किते पुतली नाट किते छाया राही किते मूक रह के किते कंधा और कमरिया दे नाल और रंग भूमि दे विच सागर पर्बत और इस तरह के प्रकृतिक माहौल लिया के उन्हें नवा रंग भरिया। हुण देखो स्टेज दे उपर सागर समुंदर नूं चित्रित करना या पर्बत पहाड़ा नूं चित्रित करना और कंधा और कमरिया के जिहड़े रंग है उन्हां नूं अलग अलग ढंग नाल दर्शाना पुतली नाट और मूक रह के जिहड़ा बिना बोले तो चीज़ां नूं पेश करना, इस तरह के नवे रंग वह लैके आया पंजाबी एकांगी दे विच। जिउंदी लाश जोधा नाटक सीगा जी उहदे विच पहली वारी मनुखी हड्डियां दे पिंजर नूं पिछोकड़ विच दर्शा के विशेष प्रभाव उजागर किया, एक मनुखी पिंजर नूं जो हड्डियां हुंदियां जी उहनां नूं लिया के स्टेज दे उपर पिछोकड़ दे विच रख के एक अलग तरह का उन्हें प्रभाव पैदा किया। जिंदगी तो दूर जिहड़ा उहदा सीगा नाटक उहदे विच उहने बांदर आदि जिहड़े जानवर सीगे उहनां पात्रां नूं रंगमंच दे उपर लिआंदा। ये सारे नवे प्रयोग है इसलिए असीं इहनूं प्रयोगवादी एकांगीकार आपां कह रहे हाँ। कुछ नाटकों के ऐदा की स्थिति होंगी है कि पात्र जोड़े और दर्शकों के उठ के रंग भूमि पर चले जाते, मतलब एक स्टेज के उपर एकांगी चल रही है जी नाटक चल रहा सामने दर्शक बैठे है, कि अचंभे वाली गल होगी कि दर्शकों के कोई उठ के आएगा और स्टेज के पात्रों के शामिल होकर वो नाटक का हिस्सा बन जाएगा। इस तरह के प्रयोग जोड़े आ कपूर सिंह घूमण ने किए हैं। मेजर कोहली का जोड़ा उन्होंने सगा पात्र वो एक पागल व्यक्ति का जोड़ा किरदार है उन्होंने सफलता के उन्होंने पेश किया। अणहोनी और जैलदार जो है जी ये नाटक कला का पहला दौर है तो विषय पक्ष तो यथार्थवादी और रूपक पक्ष तो परंपरावादी है, जो परंपरा ट्रडिशन चलिया आता से उस ढंग से है। दूजा दौर उसकी रचना का शुरू होंगे जी यौंदी लाश जो नाटक है वो और इस नाटक के कई समस्यावान घूमन एक जगह लिया के खड़ा कर दिता, ये विशेषता है। यथार्थवादी जो नाट शैली वाले नाटक है उन्होंने अपनी नाटक यात्रा शुरू की, पर पछमी नाटक शैली का जिहड़ा अध्ययन करन तो बाद समाजिक पात्रां दी थां पात्रां दा जो मानसिक विषाद है जो मानसिक दुख है जो संताप वो हंडा रहे है उन्हां नूं अपने नाटकां दे विच उहने पेश करना शुरू किया। जदों उहने पछमी नाटक पढ़े पछमी नाटकां दा अध्ययन किया फिर वह पछमी नाटकां दा जिहड़ा प्रभाव है उहदे उपर आ गया। तो जिहड़ा पहला उहदा नाटक संपूर्ण सीगा जिउंदी लाश, पर जिहड़ी उहदी पहली नाट रचना है वह जैलदार है। ये तुहाडे पेपर का प्रश्न हो सकता जी कि कपूर सिंह घूमण की पहली नाट रचना कैड़ी है, पहली नाट रचना वो है जैलदार। जैलदार जी एक यथार्थवादी और समाजिक जी नाट रचना है जिदा पंजाबी दे विच कलाकार और सैल पत्थर के पिछों कला के विषय उत्ते तीजा नाटक जिहड़ा रंगमंची प्रभाव के पक्ष तो पहले दोहां नूं भी पिछे छड़ गया वह सीगा अतीत दे परछावें। हुण इत्थे एक प्रश्न है जी तुहाडे लई, तुसीं दसणा कि कलाकार और सैल पत्थर ये किहदे नाटक है, इन्हां नाटकां दा नाटककार कौन है जी, कलाकार अते सैल पत्थर दा कमेंट दे विच जरूर तुसीं दस्सो। उम्मीद है जी तुसीं जाणदे होंगे जिस तरह की तुहाडी तैयारी है, काफ़ी सानूं विश्वास है जी तुहाडे उपर कॉन्फिडेंस है कि तुसीं इन्हां दा जवाब जरूर दोगे। गल करदे हां जी अतीत दे परछावें की, अतीत दे परछावें दे विच संकेतक और प्रतीकात्मक। प्रतीकात्मक का मतलब हुंदा जी रिएक्शन, जिहड़ा पात्र हैगा उहदे मनोविज्ञान नूं प्रतीकात्मक नूं रिएक्शन नहीं सॉरी सिंबलाइज जो है सिंबलैटिक चीज़ हैगी, मतलब सिंबल के तौर पर प्रतीक के तौर पर पात्र का जो मनोविज्ञानिक रूप में विराट और विविधमुखी दार्शनिक कलियां का उन्हें ज्ञान करवाया है जी, जो अतीत के परछावें नाटक है। ये ना तो अंक वंड है
और ना झांकी वंड है, कोई झांकी भी नहीं है जी और ना ही कोई ये अंक वंड है। इस नाटक में व्यक्ति के मन के अंदरला जो अपराध बोध है उसनू दर्शाया गया, निरूपण उदा किया गया। उन्हें इस तत्व वाल संकेत किया है कि गुनाहगार व्यक्ति समाज और कानून दी नज़रों तो भावें बच जाए परंतु अपनी जमीर उसनू कदे भी चैन नहीं लैन दिंदी। अतीत दे परछावे नू असीं घूमण दी शाहकार रचना कह सकते हैं जी और विद्वानों ने भी इसनू उहदी सब तो अच्छी रचना मनिया है। इहदे विच जो मुख पात्र है जी उहदियां अपनियां लालसावां हैगियां और प्रतिस्थितियां जो हैगियां हालात हैगे उन्होंने विचकार वह फसी हुई नज़र आउंदी है। इस तरह जो जिंदगी तो दूर उन्हां दी रचना है जी उहदे विच उसने काम द्वारा संचालित प्रेम का वर्णन किया है जिस विच व्यक्ति विशेष की तमीज खत्म हो जाती है। ਇਹ ਤੋਂ ਇਲਾਵਾ ਜੋ ਮੂਕ ਸੰਸਾਰ ਔਰ ਮਾਨਸ ਕੀ ਇੱਕ ਜਾਤ ਵਿੱਚ ਪ੍ਰੇਮ ਨੂੰ ਸੰਸਾਰ ਕਾਲ ਦੀਆਂ ਹੱਦਾਂ ਉਲੰਘਦਿਆਂ ਦਰਸਾਇਆ ਗਿਆ ਹੈ। ਇਹਦੇ ਵਿੱਚ ਜੋ ਉਹਨਾਂ ਦੇ ਦੋ ਨਾਟਕ ਹੈਗੇ ਜੀ ਮੂਕ ਸੰਸਾਰ ਔਰ ਮਾਨਸ ਕੀ ਜਾਤ। ਪੁਤਲੀ ਘਰ ਦੇ ਤਿੰਨ ਅੰਗ ਹੈ ਜੀ ਔਰ ਤਿੰਨੇ ਅੰਗ ਜਿਹੜੇ ਹੈ ਸੁਤੰਤਰ ਅਸਤਿਤਵ ਰੱਖਦੇ ਹੈ ਔਰ ਫਿਲਮਾਂ ਵਰਗਾ ਪ੍ਰਭਾਵ ਇਹ ਪਾਉਂਦੇ ਹੈ ਤਿੰਨ ਦੇ ਤਿੰਨ ਅੰਗ। ਬੰਦ ਗਲੀ ਜੋ ਹੈ ਉਹਨਾਂ ਦੀ ਰਚਨਾ, ਬੰਦ ਗਲੀ ਦੇ ਵਿੱਚ ਅੱਜ ਕੱਲ੍ਹ ਦੀ ਬੁੱਧੀਜੀਵਤਾ ਉੱਪਰ ਇੱਕ ਸ਼ਕਤੀਸ਼ਾਲੀ ਵਿਅੰਗ ਕੀਤਾ ਗਿਆ। ਜਿਸ ਤਰ੍ਹਾਂ ਅੰਦਰਲਾ ਆਪਾ ਤਾਂ ਢੋਲ ਦੇ ਵਾਂਗ ਸੱਖਣਾ ਹੁੰਦਾ ਪਰ ਬਾਹਰੀ ਸ਼ਬਦਾਂ ਦੇ ਨਾਲ ਇੱਕ ਵਕਾਲਤ ਕਰਨ ਵਿੱਚ ਕੋਸ਼ਿਸ਼ ਕਰਦੇ ਜਿਹਦਾ ਕੋਈ ਸਾਨੀ ਨਹੀਂ, ਇਸ ਤਰ੍ਹਾਂ ਦੀ ਵਕਾਲਤ ਕਰ ਦਿੰਦੇ ਪਰ ਅੰਦਰੋਂ ਬਿਲਕੁਲ ਉਹ ਖਾਲੀ ਹੁੰਦਾ। ਇਹ ਚੀਜ਼ ਜਿਹੜੀ ਆ ਉਹ ਬੰਦ ਗਲੀ ਦੇ ਵਿੱਚ ਨਜ਼ਰ ਆਈ ਹੈ। ਬੁਝਾਰਤ ਜੋ ਉਹਨਾਂ ਦੀ ਨਾਟ ਰਚਨਾ ਹੈ ਜੀ ਉਹਦੇ ਵਿੱਚ ਕਲਪਨਾ ਭਾਵੁਕਤਾ ਅਤੇ ਕਾਮ ਯੁਕਤੀ ਨੂੰ ਨਵੇਂ ਢੰਗ ਨਾਲ ਸੰਯੋਜਿਤ ਕਰਦਾ ਹੈ ਕਪੂਰ ਸਿੰਘ ਘੁੰਮਣ। ਇਹਦੇ ਵਿੱਚ ਦਿਖਾਇਆ ਗਿਆ ਕਿ ਮਰਦ ਅਤੇ ਤੀਵੀਂ ਦੋਵੇਂ ਇੱਕ ਦੂਜੇ ਨੂੰ ਚਾਹੁੰਦੇ ਹਨ ਪਰ ਉਹਨਾਂ ਦੀ ਚਾਹਤ ਸ਼ੱਕ ਸ਼ੋਭੇ ਭਰਮ ਭੁਲੇਖਿਆਂ ਦੇ ਕਾਰਨ ਦਮ ਤੋੜ ਜਾਂਦੀ ਹੈ। ਕਪੂਰ ਦੀ ਜੋ ਭਾਸ਼ਾ ਹੈ ਜੀ ਉਹਦੇ ਪਾਤਰਾਂ ਦੀ ਉਹਦੇ ਵਿੱਚ ਉਰਦੂ ਸ਼ਬਦਾਂ ਦਾ ਵਧੇਰੇ ਪ੍ਰਯੋਗ ਨਜ਼ਰ ਆਉਂਦਾ, ਸ਼ਾਇਦ ਉਹਦਾ ਜਿਹੜਾ ਲਹਿੰਦੀ ਦਾ ਪ੍ਰਭਾਵ ਹੈ ਸਿਆਲਕੋਟ ਦਾ ਜਿੱਦਾਂ ਉਹਦਾ ਜਨਮ ਹੈ ਉਹਦੇ ਨਾਲ ਨਾਲ ਸ਼ਹਿਰੀ ਜਿਹੜਾ ਵਾਤਾਵਰਨ ਹੈ ਉਹਦੇ ਕਰਕੇ ਉਰਦੂ ਸ਼ਬਦਾਂ ਦਾ ਜਿਹੜਾ ਪ੍ਰਯੋਗ ਉਹ ਜ਼ਿਆਦਾ ਕਰਦਾ। ਦੋ ਜੋਤਾਂ ਦੋ ਮੂਰਤਾਂ ਇਹਦੇ ਵਿੱਚ ਗਲਤ ਕੀਮਤਾਂ ਆਦਿ ਜਿਹੜੀਆਂ ਇਕਾਂਗੀਆਂ ਦੇ ਵਿੱਚ ਉਹ ਕਈ ਥਾਵਾਂ 'ਤੇ ਸਫਲ ਰਿਹਾ। ਤਕਨੀਕ ਦੇ ਪੱਖ ਤੋਂ ਗੱਲ ਕਰੀਏ ਜੀ ਘੁੰਮਣ ਨੇ ਸਟੈਂਡ ਵਰਗ ਔਰ ਬ੍ਰੈਖਰ ਦੀਆਂ ਨਾਟਕੀ ਯੋਗਤਾਵਾਂ ਦਾ ਪ੍ਰਭਾਵ ਕਬੂਲਿਆ ਹੈ ਜੀ, ਉਹਦੇ ਉੱਪਰ ਇਹਨਾਂ ਦੋਨਾਂ ਦਾ ਪ੍ਰਭਾਵ ਹੈ। ਸੰਸਾਰ ਦੀ ਜਿਹੜਾ ਮੂਕ ਸੰਸਾਰ ਉਹਦਾ ਸੀਗਾ, ਮੂਕ ਸੰਸਾਰ ਹੈ ਜੀ, ਸੋਰੀ ਮਿਸ ਪ੍ਰਿੰਟ ਹੈ ਇੱਥੇ। ਮੂਕ ਸੰਸਾਰ ਦੀ ਇੱਕ ਪਾਤਰ ਹੈ ਪੂਨਮ, ਨਾਟਕੀ ਜਗਤ ਦਾ ਪਰਿਚੈ ਕਰਾਉਂਦੀ ਹੋਈ ਦੱਸਦੀ ਹੈ ਕਿ ਸਾਡੇ ਚਿਹਰੇ ਮੋਹਰੇ ਨੈਣ ਨਕਸ਼ ਰੰਗ ਰੂਪ ਜੋ ਤੁਸੀਂ ਦੇਖ ਰਹੇ ਹੋ ਸਾਡੇ ਅਸਲੀ ਰੂਪ ਨਹੀਂ, ਅਸੀਂ ਆਪਣੇ ਚਿਹਰਿਆਂ ਉੱਤੇ ਮੁਖੌਟੇ ਚੜਾਏ ਹੋਏ ਹਨ। ਤੋ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਨਜ਼ਰ ਆਉਂਦੀ ਹੈ, ਪੱਛਮ ਦਾ ਜਿਹੜਾ ਪ੍ਰਭਾਵ ਉਹਦੇ ਵਿੱਚ ਨਜ਼ਰ ਆਇਆ। 6ਵੇਂ ਦਹਾਕੇ ਦੇ ਅਖੀਰ ਵਿੱਚ ਔਰ ਜਿਹੜਾ 7ਵਾਂ ਦਹਾਕਾ ਉਹਦੇ ਮੁੱਢ ਦੇ ਵਿੱਚ ਉਹਦੇ ਉੱਪਰ ਪੱਛਮੀ ਨਾਟਕਾਰਾਂ ਦਾ ਪ੍ਰਭਾਵ ਜਿਹੜਾ ਪੈਣਾ ਸ਼ੁਰੂ ਹੋ ਗਿਆ। ਸ਼ੁਰੂਆਤ ਦੇ ਵਿੱਚ ਉਹਦੇ ਉੱਪਰ ਆਈ ਸੀ ਨੰਦਾ ਔਰ ਜਿਹੜੀ ਸਾਡੀ ਨਾਟਕ ਪਰੰਪਰਾ ਚੱਲੀ ਆਉਂਦੀ ਹੈ ਉਹਨਾਂ ਦਾ ਪ੍ਰਭਾਵ ਸੀਗਾ। ਆਜ਼ਾਦੀ ਦਾ ਸੁਪਨਾ ਜਿਹੜੀ ਉਹਨਾਂ ਦੀ ਹੈ ਜੀ ਉਹਦੇ ਵਿੱਚ ਘੁੰਮਣ ਨੇ ਊਧਮ ਸਿੰਘ ਦੇ ਕੌਮੀ ਇਤਿਹਾਸਕ ਸ਼ਾਨ ਵਾਲੇ ਕਾਰਨਾਮੇ ਨੂੰ ਨਾਟਕੀ ਰੂਪ ਦਿੱਤਾ, ਜੋ ਊਧਮ ਸਿੰਘ ਨੇ ਮਾਈਕਲ ਅਡਵਾਇਰ ਨੂੰ ਮਾਰ ਕੇ ਜਿਹੜਾ ਉਹ ਬਦਲਾ ਲਿਆ ਸੀਗਾ ਉਹਦੇ ਬਾਰੇ 'ਚ ਉਹਨੇ ਗੱਲ ਕੀਤੀ ਹੈ। ਇਸ ਤਰ੍ਹਾਂ ਜਲਿਆਂ ਵਾਲੇ ਬਾਗ ਦੇ ਦੁਖਾਂਤ ਦਾ ਬਹੁਤ ਵਧੀਆ ਜਿਹੜਾ ਇਹਦੇ ਵਿੱਚ ਚਿੱਤਰ ਉਹਨੇ ਪੇਸ਼ ਕੀਤਾ ਹੈ, ਇਹਦੇ ਵਿੱਚ ਸਫਲਤਾ ਮਿਲੀ ਹੈ ਘੁੰਮਣ ਨੂੰ। ਮੂਕ ਸੰਸਾਰ ਦੀ ਗੱਲ ਕਰਦੇ ਸੀ ਜੀ, ਮੂਕ ਸੰਸਾਰ ਦੇ ਵਿੱਚ ਵੀ ਨਵੀਂ ਤਕਨੀਕ ਨੂੰ ਵਰਤਿਆ ਗਿਆ। ਇਹਦੇ ਵਿੱਚ ਜੋ ਪ੍ਰਤੀ ਨਾਇਕ ਪਾਤਰ ਵੀ ਕਮਾਲ ਦੇ ਨਾਟਕੀ ਢੰਗ ਨਾਲ ਅਸਲੀ ਪਾਤਰਾਂ ਦੀ ਮਨੋਦਸ਼ਾ ਨੂੰ ਪੇਸ਼ ਕਰ ਜਾਂਦੇ ਆ। ਮਤਲਬ ਮੂਕ ਸੰਸਾਰ ਦੇ ਵਿੱਚ ਕੀ ਤਕਨੀਕ ਹੈ ਜੀ ਕਿ ਜੋ ਅਸਲ ਪਾਤਰ ਹੈਗੇ ਆ ਉਹਨਾਂ ਦੇ ਜਿਹੜਾ ਮਨੋਦਸ਼ਾ ਹੈਗੀ ਉਸ ਮਨੋਦਸ਼ਾ ਨੂੰ ਉਹਨਾਂ ਨੇ ਪ੍ਰਤੀ ਨਾਇਕ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਪੇਸ਼ ਕੀਤਾ ਹੈ। ਘੁੰਮਣ ਦੀ ਖਾਸੀਅਤ ਇਹ ਹੈ ਜੀ ਕਿ ਉਹ ਸਟੇਜ ਦਾ ਧਨੀ ਹੈ, ਉਹਦਾ ਹਰ ਨਾਟਕ ਜਿਹੜਾ ਉਹ ਮੰਚ ਦ੍ਰਿਸ਼ਟੀ ਤੋਂ ਸਿਰਜਿਆ ਗਿਆ ਹੈ, ਉਹ ਜਿਹੜੀ ਸਿਰਜਣਾ ਹੈ ਮੰਚ ਦ੍ਰਿਸ਼ਟੀ ਦੇ ਨਾਲ ਹੀ ਉਹ ਕਰਦਾ ਹੈ। ਇਹ ਕਿਹਾ ਜਾਂਦਾ ਜੀ ਕਿ ਨਾਟਕ ਦੇ ਵਿੱਚ ਔਰ ਜਾਂ ਨਾਟ ਕਲਾ ਦੇ ਵਿੱਚ ਜਿੰਨੇ ਪ੍ਰਯੋਗ ਘੁੰਮਣ ਨੇ ਕੀਤੇ ਹੈ ਪੰਜਾਬੀ ਦੇ ਵਿੱਚ ਕਿਸੇ ਹੋਰ ਨਾਟਕਕਾਰ ਨੇ ਨਹੀਂ ਕੀਤੇ। ਇੱਥੇ ਥੋੜ੍ਹਾ ਮਿਸਪ੍ਰਿੰਟ ਹੈ ਜੀ, ਕੀਤੇ ਆਏਗਾ, ਇੰਨੇ ਕਿਸੇ ਵੀ ਹੋਰ ਨਾਟਕਕਾਰ ਨੇ ਪ੍ਰਯੋਗ ਨਹੀਂ ਕੀਤੇ। ਰਾਣੀ ਕੋਕਲਾਂ ਇੱਕ ਹੋਰ ਉਹਨਾਂ ਦਾ ਵਰਣਨਯੋਗ ਨਾਟਕ ਹੈ ਜੀ। ਇਸ ਤਰ੍ਹਾਂ ਜਿਹੜੀ ਉਹਨਾਂ ਦੀ ਇਕਾਂਗੀ ਹੈ ਜੀ ਉਧਾਲੀ ਹੋਈ ਕੁੜੀ ਉਹਦੇ ਵਿੱਚ ਔਰਤ ਦੀ ਅਜ਼ਮਤ ਨਾਲ ਖੇਡਣ ਵਾਲੀ ਗੱਲ ਨੂੰ ਪੇਸ਼ ਕੀਤਾ ਗਿਆ। ਸੇਮ ਹੈ ਜੀ ਜੋ ਜਿਉਂਦੀ ਲਾਸ਼ ਦੇ ਵਿੱਚ ਵਿਸ਼ਾ ਹੈਗਾ ਉਸੇ ਤਰ੍ਹਾਂ ਦਾ ਵਿਸ਼ਾ ਜਿਹੜਾ ਉਧਾਲੀ ਹੋਈ ਕੁੜੀ ਉਹਦੇ ਵਿੱਚ ਵੀ ਹੈ। ਇਸ ਵਿੱਚ ਇੱਧਰਲੇ ਪੰਜਾਬ ਵੱਲੋਂ ਉਤਾਰੀ ਗਈ ਉਧਾਲੀ ਗਈ ਆ ਨਾ ਸੋਰੀ ਉਤਾਰੀ ਆ ਗਿਆ
ਉਧਾਲੀ ਗਈ ਕੁੜੀ ਦੁਬਾਰਾ ਪਾਕਿਸਤਾਨ ਭੇਜ ਦੇਣ ਦੇ ਡਰੋਂ ਸਹਿਮੀ ਫਿਰਦੀ ਹੈ ਔਰ ਜਿਸ ਘਰ ਦੇ ਵਿੱਚ ਉਹ ਪਨਾਹ ਲੈਂਦੀ ਹੈ ਪੁਲਿਸ ਉਸ ਘਰ ਦੀ ਸੁਹਾਣੀ ਨੂੰ ਵੀ ਇਹੋ ਜਿਹੀ ਔਰਤ ਸਮਝ ਕੇ ਉਧਾਲੀ ਹੋਈ ਕੁੜੀ ਦੇ ਨਾਲ ਲੈ ਜਾਂਦੀ ਹੈ। ਪਾਗਲ ਲੋਕ ਉਸ ਦਾ ਸਫਲ ਪ੍ਰਯੋਗ ਸੀਗਾ ਜਿਸ ਵਿੱਚ ਪਾਗਲਖਾਨੇ ਦੇ ਅੰਦਰਲੇ ਮਾਨਸਿਕ ਰੋਗੀਆਂ ਰੋਗੀ ਜਿਹੜੇ ਹੈਗੇ ਪਾਗਲ ਉਹਨਾਂ ਦੇ ਉੱਪਰ ਰਾਜ ਕਰ ਰਹੇ ਡਾਕਟਰਾਂ ਦੇ ਅਮਲੇ ਦਾ ਚਿੱਤਰ ਉਹਨੇ ਪੇਸ਼ ਕੀਤਾ ਪਾਗਲ ਲੋਕ ਦੇ ਵਿੱਚ। ਜੋ ਨੂਰ ਜਹਾਂ ਹੈ ਜੀ ਉਹਨਾਂ ਦਾ ਨਾਟ ਰਚਨਾ ਉਹ ਸਮਕਾਲੀ ਰਾਜਨੀਤੀ ਉੱਤੇ ਵਿਅੰਗ ਸੀਗਾ। ਉਹਨਾਂ ਦਾ ਆਖਰੀ ਨਾਟਕ ਜਿਹੜਾ ਸੀ ਨਾਰੀ ਮੁਕਤੀ, ਆਖਰੀ ਨਾਟਕ ਉਹਨਾਂ ਦਾ ਨਾਰੀ ਮੁਕਤੀ ਸੀ ਜੋ ਨਾਰੀ ਦੀ ਸੁਤੰਤਰਤਾ ਪ੍ਰਤੀ ਆਪਣੇ ਸਾਰੇ ਕਰੁਣਾ ਭਾਵ ਪੇਸ਼ ਕਰਨ ਦੇ ਨਾਲ ਨਾਲ ਪਾਤਰਾਂ ਰਾਹੀਂ ਨਾਰੀ ਦੀ ਸੁਤੰਤਰਤਾ ਵਾਲੀ ਗੱਲ ਨੂੰ ਪੇਸ਼ ਕਰਨ ਦੇ ਵਿੱਚ ਸਫਲ ਹੋਇਆ ਜੀ ਘੁੰਮਣ। ਕਪੂਰ ਸਿੰਘ ਘੁੰਮਣ ਕੇਵਲ ਨਵੀਨ ਵਿਸ਼ਿਆਂ ਵਾਲੇ ਨਾਟਕਾਂ ਦਾ ਰਚੇਤਾ ਨਹੀਂ ਹੈਗਾ ਸਗੋਂ ਸੱਚਾ ਪ੍ਰਯੋਗਕਾਰ ਔਰ ਸਫਲ ਨਿਰਦੇਸ਼ਕ ਹੈ। ਇਹਨੂੰ ਸੱਚਾ ਪ੍ਰਯੋਗਕਾਰ ਔਰ ਅਸੀਂ ਕਹਿ ਸਕਦੇ ਹਾਂ ਜੀ, ਸਿਰਫ ਉਹਨੇ ਨਵੇਂ ਨਾਟਕ ਹੀ ਨਹੀਂ ਲਿਖੇ ਔਰ ਸੱਚਮੁੱਚ ਇਸ ਢੰਗ ਦੇ ਪ੍ਰਯੋਗ ਕੀਤੇ ਹੈ। ਨਾਟਕ ਮੰਡਪ ਦੀ ਸਥਾਪਨਾ ਕਰਨੀ ਉਸਦਾ ਆਦਰਸ਼ ਸੀਗਾ, ਵਧੀਆ ਨਾਟਕ ਮੰਡਪ ਉਹ ਚਾਹੁੰਦਾ ਸੀ ਸਥਾਪਿਤ ਕਰਨਾ। ਘੁੰਮਣ ਦੇ ਜੋ ਨਾਟਕ ਇਕਾਂਗੀ ਚਿੰਨਾਤਮਕ ਢੰਗ ਦੇ ਨਾਲ ਪਾਤਰਾਂ ਦਾ ਮਨੋ ਵਿਸ਼ਲੇਸ਼ਣ ਕਰਦੇ ਆ। ਇਹ ਪ੍ਰਸ਼ਨ ਹੋ ਸਕਦਾ ਜੀ ਕਿ ਕਿਹੜਾ ਨਾਟਕਕਾਰ ਹੈ ਜਿਹਦੇ ਇਕਾਂਗੀਕਾਰ ਹੈ ਜਿਹਦੇ ਚਿੰਨਾਤਮਕ ਢੰਗ ਦੇ ਨਾਲ ਪਾਤਰਾਂ ਦਾ ਮਨੋ ਵਿਸ਼ਲੇਸ਼ਣ ਕੀਤਾ, ਉਹ ਹੈ ਜੀ ਕਪੂਰ ਸਿੰਘ ਘੁੰਮਣ। ਐਂਡ ਦੇ ਵਿੱਚ ਉਹਨਾਂ ਦੀ ਰਚਨਾਵਾਂ ਦੀ ਦੇਖ ਲਈਏ ਜੀ ਕਿਹੜੇ ਕਿਹੜੀਆਂ ਹੈਗੀਆਂ। ਜਿਹੜੇ ਨਾਟਕ ਹੈ ਜੀ ਉਹਨਾਂ ਦੇ ਅਣਹੋਣੀ 1957, ਬੰਦ ਗਲੀ 1957, ਜਿਉਂਦੀ ਲਾਸ਼ 1960, ਪੁਤਲੀ ਘਰ 1966, ਜ਼ਿੰਦਗੀ ਤੋਂ ਦੂਰ 1960, ਅਤੀਤ ਦੇ ਪਰਛਾਵੇਂ 1969, ਵਿਸਮਾਦ ਨਾਦ 1969, ਮਾਨਸ ਕੀ ਏਕ ਜਾਤ 1969, ਬੁਝਾਰਤ 1970, ਮੁੱਖ ਸੰਸਾਰ 1977, ਰਾਣੀ ਕੋਕਲਾ 1981, ਰੋਡਾ ਜਲਾਲੀ 1982, ਪਾਗਲ ਲੋਕ 1982। ਇਹਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ। ਆਜ਼ਾਦੀ ਦਾ ਸੁਪਨਾ 1974। ਇਕਾਂਗੀ ਸੰਗ੍ਰਹਿਾਂ ਦੀ ਗੱਲ ਕਰ ਲਈਏ ਜੀ, ਇਹ ਜਿਹੜਾ ਸਾਡੇ ਸਿਲੇਬਸ ਦੇ ਨਾਲ ਹੁਣ ਸੰਬੰਧਿਤ ਹੈ ਜੀ, ਜਿੱਥੋਂ ਪ੍ਰਸ਼ਨ ਆਊਗਾ ਤੁਹਾਡੇ ਲਈ ਤੁਸੀਂ ਥੋੜ੍ਹੇ ਧਿਆਨ ਨਾਲ ਦੇਖਣਾ। ਰੱਬ ਦੇ ਰੰਗ 1956, ਜੈਲਦਾਰ 1956, ਗਲਤ ਕੀਮਤਾਂ 1958, ਦੋ ਜੋਤਾਂ ਦੋ ਮੂਰਤਾਂ 1958, ਪੰਜੇਬ 1961, ਕਵੀ ਤੇ ਕਵਿਤਾ 1962, ਕੱਚ ਦੇ ਗਜ਼ਰੇ 1969, ਝੁੰਗਲ ਮਾਟਾ 1975, ਚਲਦੇ ਨਾਟਕ ਅਤੇ ਸੰਤਾਪ 1982, ਦੋ ਕੁੜੀਆਂ 12 ਨਾਟਕ 1975, ਮਨ ਕੀ ਪੀੜ 1976, ਇਸ ਪਾਰ ਉਸ ਪਾਰ 1968। ਇਹ ਉਹਨਾਂ ਦੇ ਇਕਾਂਗੀ ਸੰਗ੍ਰਹਿ ਹੈ ਜੀ। ਇੱਕ ਵਾਰੀ ਫੇਰ ਇਹਨਾਂ ਨੂੰ ਦੇਖ ਲੈਂਦੇ ਹਾਂ ਦੁਬਾਰਾ, ਕਿਉਂਕਿ ਇੱਥੋਂ ਹੀ ਪੇਪਰ ਜਿਹੜਾ ਉਹ ਆਉਣ ਵਾਲਾ ਹੈ। ਪੇਪਰ ਦੇ ਵਿੱਚ ਪ੍ਰਸ਼ਨ, ਰੱਬ ਦੇ ਰੰਗ 1956, ਜੈਲਦਾਰ 1956, ਗਲਤ ਕੀਮਤਾਂ 1958, ਦੋ ਜੋਤਾਂ ਦੋ ਮੂਰਤਾਂ 1958, ਪੰਜੇਬ 1961, ਕਵੀ ਤੇ ਕਵਿਤਾ 1962, ਕੱਚ ਦੇ ਗਜ਼ਰੇ 1969, ਝੁੰਗਲ ਮਾਟਾ 1975, ਨਿਰੰਤਰ ਚੱਲਦੇ ਨਾਟਕ ਅਤੇ ਸੰਤਾਪ 1982, ਦੋ ਕੁੜੀਆਂ 12 ਨਾਟਕ 1975, ਮਨ ਅੰਤਰ ਕੀ ਪੀੜ 1976, ਇਸ ਪਾਰ ਉਸ ਪਾਰ 1968। ਅੱਗੇ ਸੰਕਲਨ ਤੇ ਸੰਪਾਦਨ ਹੈ ਜੀ ਉਹਨਾਂ ਦਾ ਹੈ ਪਰਦਿਆਂ ਦੇ ਆਰ ਪਾਰ 1967 ਦੇ ਵਿੱਚ ਇਕਾਂਗੀ ਸੰਗ੍ਰਹਿ ਹੈ ਜੀ। ਇਹਦੇ ਵਿੱਚ ਉਹਨਾਂ ਨੇ ਸੰਕਲਨ ਕੀਤਾ ਜੀ। ਰੰਗ ਬਿਰੰਗੇ ਮੰਚ 1968, ਇਹ ਵੀ ਉਹਨਾਂ ਦਾ ਇਕਾਂਗੀ ਸੰਗ੍ਰਹਿ ਜੋ ਸੰਕਲਨ ਔਰ ਸੰਪਾਦਨ ਕੀਤਾ ਗਿਆ। ਛੇ ਦਰ, ਸੱਤ ਦੁਆਰ, ਗੁਰੂ ਗੋਬਿੰਦ ਸਿੰਘ ਮਾਰਗ, ਇਹ 1973 ਦੇ ਵਿੱਚ ਉਹਨਾਂ ਦਾ ਆਇਆ ਸੀ। ਇਹ ਤੋਂ ਇਲਾਵਾ ਅਨੁਵਾਦ ਉਹਨਾਂ ਨੇ ਕੀਤਾ ਜੀ ਟੈਗੋਰ ਦੀ, ਟੈਗੋਰ ਡਰਾਮਾ 1962, ਅਤੇ ਪੁਰਸਕਾਰ ਦੀ ਜਿਹਦੇ ਅਸੀਂ ਗੱਲ ਕਰਦੇ ਸੀ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪਾਗਲ ਲੋਕ ਉੱਤੇ ਰਾਸ਼ਟਰੀ ਪੁਰਸਕਾਰ ਉਹਨਾਂ ਨੂੰ ਮਿਲਿਆ 1984 ਦੇ ਵਿੱਚ, ਔਰ ਸਾਹਿਤ ਵਿਚਾਰ ਮੰਚ ਕੈਨੇਡਾ ਵੱਲੋਂ 1985 ਦੇ ਵਿੱਚ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ। ਇਹ ਸੀ ਜੀ ਸਾਡੀ ਅੱਜ ਦੀ ਵੀਡੀਓ, ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲਓ ਜੀ ਇਸ ਵੀਡੀਓ ਦੀ, ਔਰ ਇਹ ਤੋਂ ਇਲਾਵਾ ਜਿੰਨੀਆਂ ਵੀ ਸਾਡੇ ਚੈਨਲ ਦੇ ਉੱਪਰ ਵੀਡੀਓ ਹੈਗੀਆਂ ਜੀ ਉਹਨਾਂ ਦੇ ਜੋ PDF ਹੈ ਜੀ ਤੁਸੀਂ ਲੈ ਸਕਦੇ ਹੋ WhatsApp ਦੇ ਉੱਪਰ 8264436201 ਸਾਡਾ WhatsApp ਨੰਬਰ ਹੈ ਜੀ, ਇੱਥੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਿਰਫ WhatsApp ਹੀ ਹੈ ਜੀ, ਕਾਲ ਦੇ ਲਈ ਨੰਬਰ ਅਵੇਲੇਬਲ ਨਹੀਂ ਰਹੇਗਾ। ਇਸੇ ਤਰ੍ਹਾਂ ਜੁੜੇ ਰਹਿਣਾ ਜੀ। ਫੇਸਬੁੱਕ ਦੇ ਉੱਪਰ ਸਾਡਾ ਪੇਜ ਹੈ ਜੀ Master07 ਐਗਜ਼ਾਮ ਵਾਰੀਅਰ, ਉਹਨੂੰ ਵੀ ਜ਼ਰੂਰ ਤੁਸੀਂ ਲਾਈਕ ਕਰੋ ਜੀ। ਜਿਹੜੀਆਂ ਰੀਸੈਂਟ ਅਪਡੇਟ ਸਾਰੀਆਂ ਅਸੀਂ ਉੱਥੇ ਪੋਸਟ ਕਰਦੇ ਹਾਂ ਜੀ ਫੇਸਬੁੱਕ ਦੇ ਉੱਪਰ ਵੀ। ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਜੇ ਕੋਈ ਗੱਲ ਤੁਹਾਨੂੰ ਲੱਗਦੀ ਹੈ ਕਮੀ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਕਮੈਂਟ ਦੇ ਵਿੱਚ ਦੱਸਿਆ ਕਰੋ, ਅਗਲੀ ਵੀਡੀਓ ਦੇ ਵਿੱਚ ਅਸੀਂ ਉਹਨੂੰ
ठीक करने का यतन करांगे। धन्यवाद जी सारयां दा, इस तरह जुड़े रहो चैनल दे नाल। सत श्री अकाल सारयां नूं।